ਅੱਜ ਅਸੀਂ ਤੁਹਾਨੂੰ ਦਿਖਾਉਂਦੇ ਹਾਂ ਇੱਕ ਅਨੋਖਾ ਲੰਗਰ। ਇਹ ਜਿਹੜੇ ਲੰਗਰ ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ, ਲੰਬੀਆਂ ਲੰਬੀਆਂ ਲਾਈਨਾਂ ਲੱਗ ਰਹੀਆਂ। ਇੱਥੇ ਕੋਈ ਪੂਰੀਆਂ ਛੋਲਿਆਂ ਦਾ ਲੰਗਰ ਨਹੀਂ ਲੱਗ ਰਿਹਾ, ਇੱਥੇ ਕੋਈ ਠੰਡੇ ਮਿੱਠੇ ਜੀ ਛਬੀਲ ਨਹੀਂ ਲੱਗ ਰਹੀ, ਲੇਕਿਨ ਇਹ ਜਿਹੜਾ ਲੰਗਰ ਲੱਗ ਰਿਹਾ ਇਹ ਵਾਤਾਵਰਨ ਪ੍ਰੇਮੀਆਂ ਵੱਲੋਂ ਲਗਾਇਆ ਗਿਆ। ਇਹ ਲੰਗਰ ਲਗਾਇਆ ਗਿਆ ਬੂਟਾ ਲੰਗਰ, ਰੁੱਖ ਲਗਾਓ ਇਨਾਮ ਪਾਓ, ਇੱਕ ਸਕੀਮ ਵੀ ਰੱਖੀ ਗਈ ਹੈ। ਠੰਡੀ ਛਾਂ ਦਾ ਲੰਗਰ ਜਿਹੜਾ ਇਹ ਤੁਸੀਂ ਦੇਖ ਸਕਦੇ ਹੋ, ਔਰ ਲੋਕਾਂ ਵੱਲੋਂ ਲੰਬੀਆਂ ਲੰਬੀਆਂ ਕਤਾਰਾਂ ਦੇ ਵਿੱਚ ਲੱਗ ਕੇ ਇਹ ਬੂਟੇ ਲੈਣ ਆਏ ਜਾ ਰਹੇ ਹੈ, ਕਿਉਂਕਿ ਅਗਰ ਰੁੱਖ ਲਗਾਵਾਂਗੇ ਤਾਂ ਹੀ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਜਿਹੜੀਆਂ ਉਹ ਖੁੱਲ੍ਹੀ ਹਵਾ ਦਾ ਆਨੰਦ ਮਾਣ ਪਾਣਗੀਆਂ, ਔਰ ਵਾਤਾਵਰਨ ਜਿਹੜਾ ਸਵੱਛ ਉਹਨਾਂ ਨੂੰ ਮਿਲੂਗਾ। ਔਰ ਇਹ ਲੰਗਰ ਲਗਾਇਆ ਗਿਆ ਖਾਲਸਾ ਸੇਵਾ ਸੁਸਾਇਟੀ ਵੱਲੋਂ, ਔਰ ਨਾਮ ਦਿੱਤਾ ਠੰਡੀ ਛਾਂ ਦਾ ਲੰਗਰ। ਬੂਟੇ ਲੈ ਕੇ ਲਗਾਓ ਅਤੇ ਬੂਟਾ ਲਗਾਉਂਦਿਆਂ ਦੀ ਆਪਣੀ ਫੋਟੋ ਸਕੈਨ ਕੋਡ 'ਤੇ ਭੇਜੋ ਅਤੇ ਉਹਦਾ ਇਨਾਮ ਵੀ ਕੱਢਿਆ ਜਾਏਗਾ, ਲੱਕੀ ਡਰਾ ਵੀ ਕੱਢਿਆ ਜਾਏਗਾ। ਤੁਸੀਂ ਦੇਖ ਸਕਦੇ ਹੋ ਜਿਹੜੀਆਂ ਇਹ ਤਸਵੀਰਾਂ, ਇਹ ਤਸਵੀਰਾਂ ਲਾਈਨਾਂ ਲੱਗੀਆਂ ਹੋਈਆਂ, ਲੰਬੀਆਂ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ। ਇਹ ਲੋਕ ਕੋਈ ਇੱਥੇ ਪੂਰੀਆਂ ਛੋਲਿਆਂ ਦਾ ਲੰਗਰ ਖਾਣ ਨਹੀਂ ਆਏ, ਇਹ ਬੂਟੇ ਲੈਣ ਆਏ ਨੇ, ਪੇੜ ਲੈਣ ਆਏ ਨੇ। ਔਰ ਇਹ ਵਾਤਾਵਰਨ ਪ੍ਰੇਮੀ ਆ, ਸਾਰੇ ਕਿਹਾ ਜਾ ਸਕਦਾ ਵਾਤਾਵਰਨ ਪ੍ਰੇਮੀ ਆ, ਜਿਹੜੀ ਆਪਦੀ ਇੱਕ ਡਿਊਟੀ ਸਮਝਦੇ ਹੋਏ, ਇੱਕ ਡਿਊਟੀ ਸਮਝਦੇ ਹੋਏ ਇੱਥੋਂ ਬੂਟੇ ਲੈਣ ਆਏ ਨੇ ਫ੍ਰੀ ਦੇ ਵਿੱਚ, ਔਰ ਉਸ ਤੋਂ ਬਾਅਦ ਉਹਨੂੰ ਲਗਾਉਣਗੇ, ਉਹਦੀ ਸੈਲਫੀ ਵੀ ਪਾਉਣਗੇ ਤਾਂ ਕਿ ਉਹਨਾਂ ਦਾ ਇਨਾਮ ਵੀ ਨਿਕਲਿਆ ਜਾਵੇ। ਤੁਸੀਂ ਦੇਖ ਸਕਦੇ ਹੋ ਤਸਵੀਰਾਂ, ਵੱਡੀ ਗਿਣਤੀ ਦੇ ਵਿੱਚ ਲੋਕ ਇੱਥੇ ਪਹੁੰਚੇ ਨੇ, ਔਰ ਲੰਗਰ ਇਹ ਜਿਹੜਾ ਬੂਟਿਆਂ ਦਾ ਲੰਗਰ ਇੱਥੋਂ ਬੂਟੇ ਲਿਆ ਰਹੇ ਨੇ ਵੀਰ ਜੀ ਨੇ, ਉਹਨਾਂ ਨਾਲ ਗੱਲ ਕਰ ਲੈਣੇ ਆ। ਵੀਰ ਜੀ, ਠੰਡੀ ਛਾਂ ਦਾ ਲੰਗਰ ਲਗਾਇਆ ਗਿਆ, ਕੀ ਕਹੋਗੇ, ਬੂਟੇ ਲੈਣ ਆਏ ਹੋ ਤੁਸੀਂ? ਹਾਂਜੀ, ਬੂਟੇ ਲੈਣ ਆਏ ਹੋ ਇੱਥੇ? ਹਾਂਜੀ, ਬੂਟੇ ਤੋਂ ਲੈਣਾ ਹੈ, ਠੰਡੀ ਛਾਂ ਕਰਕੇ ਥੋੜ੍ਹੀ ਪਾਲਣਾ ਕਰਾਂਗੇ, ਲਾਵਾਂਗੇ। ਆਮ ਤੌਰ 'ਤੇ ਲਾਈਨਾਂ ਜਿਹੜੀਆਂ ਲੰਗਰਾਂ 'ਚ ਦੇਖੀਆਂ ਜਾਂਦੀਆਂ, ਜਿੱਥੇ ਪੂਰੀਆਂ ਛੋਲਿਆਂ ਦਾ ਲੰਗਰ ਹੋਵੇ, ਦਾਲ ਰੋਟੀ ਦਾ ਲੰਗਰ ਹੋਵੇ, ਲੇਕਿਨ ਬੂਟਿਆਂ ਲੰਗਰਾਂ 'ਚ ਪਹਿਲੀ ਵਾਰ ਦੇਖ ਰਹੇ ਹੋ? ਨਹੀਂ, ਇਹ ਕਿੰਨੀ ਵਾਰੀ ਵੇਖਿਆ ਜੀ, ਇਹ ਹਰ ਸਾਲ ਲਾਉਂਦੇ ਆ, ਖਾਲਸਾ ਸੇਵਾ ਸੁਸਾਇਟੀ ਵੱਲੋਂ ਹਰ ਸਾਲ ਹੀ ਲਾਉਂਦੇ ਆ, ਬਹੁਤ ਸੰਗਤ ਲੈ ਕੇ ਜਾਂਦੀ ਹੈ, ਬਹੁਤ ਇਹਨਾਂ ਬਹੁਤ ਬਹੁਤ ਧੰਨਵਾਦ। ਕਿਹੜੇ ਕਿਹੜੇ ਬੂਟੇ ਮਿਲਦੇ ਹੈ? ਕਿਹੜੇ ਕਿਹੜੇ ਬੂਟੇ ਮਿਲਦੇ ਆ? ਇਹਦੇ ਸਾਰੇ ਹੀ ਮਿਲਦੇ ਜੀ, ਭਾਵੇਂ ਦਰਖਤ ਲੈ ਲਓ, ਕੋਈ ਫਲਾਂ ਵਾਲਾ ਲੈ ਲਓ, ਫੁੱਲਾਂ ਵਾਲਾ ਲੈ ਲਓ, ਸਾਰੇ ਹੀ ਹਰ ਤਰ੍ਹਾਂ ਦੇ ਬੂਟੇ ਜਿਹੜੇ ਇੱਥੋਂ ਮਿਲਦੇ ਆ, ਅੰਬ ਦਾ, ਕਨੇਰ ਦਾ, ਨਿੰਬੂ ਦਾ, ਲੈਮਨ ਗ੍ਰਾਸ ਹੋ ਗਿਆ, ਕਚਨਾਰ ਹੋ ਗਿਆ, ਨਿੰਮ ਹੋ ਗਿਆ, ਜਰਕੰਦਾ ਹੋ ਗਿਆ, ਜੰਡ ਹੋ ਗਿਆ, ਚਾਹੇ ਫਲਦਾਰ ਬੂਟੇ ਨੇ ਚਾਹੇ ਛਾਂਦਾਰ ਬੂਟੇ ਨੇ, ਹਰ ਤਰ੍ਹਾਂ ਦੇ ਬੂਟੇ ਇਹ ਖਾਲਸਾ ਸੇਵਾ ਸੁਸਾਇਟੀ ਵੱਲੋਂ ਫ੍ਰੀ ਆਫ ਕੋਸਟ ਲੋਕਾਂ ਨੂੰ ਵੰਡੇ ਜਾ ਰਹੇ ਆ। ਔਰ ਜਿਹੜੇ ਲੋਕ ਇਸ ਬੂਟੇ ਨੂੰ ਲਗਾ ਕੇ ਆਪਣੀ ਸੈਲਫੀ ਇਹਨਾਂ ਨੂੰ ਪੋਸਟ ਕਰਨਗੇ, ਉਹਨਾਂ ਦਾ ਨਾਮ ਲੱਕੀ ਡਰਾ ਦੇ ਵਿੱਚ ਵੀ ਪਾਇਆ ਜਾਏਗਾ। ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਲੇਡੀਜ਼ ਵੀ ਨੇ ਜਿਹੜੀਆਂ ਆਪਣੇ ਘਰਾਂ ਦੇ ਵਿੱਚੋਂ ਆਈਆਂ ਨੇ, ਔਰ ਇਸ ਲਾਈਨ ਦੇ ਵਿੱਚ ਲੱਗ ਕੇ ਬੂਟੇ ਲਿਜਾ ਰਹੇ ਨੇ। ਆ ਵੀਰ ਜੀ, ਬੂਟੇ ਲੈ ਕੇ ਚੱਲ ਰਹੇ ਨੇ। ਮੈਡਮ, ਤੁਹਾਡੇ ਨਾਲ ਗੱਲ ਕਰਾਂਗੇ, ਇੱਕ ਮਿੰਟ, ਬੂਟੇ ਲੈਣ ਆਏ ਹੋ ਤੁਸੀਂ, ਕੀ ਕਹੋਗੇ, ਕਿਉਂਕਿ ਲੰਗਰ ਲੱਗਿਆ ਬੂਟਿਆਂ ਦਾ? ਦੇਖੋ ਜੀ, ਜਿਵੇਂ ਕਿ ਅੱਜ ਕੱਲ੍ਹ ਹੀਟ ਵੇਵ ਬਹੁਤ ਜ਼ਿਆਦਾ ਵੱਧ ਰਹੀ ਹੈ, ਤਾਂ ਇਹਦਾ ਮੁੱਖ ਕਾਰਨ ਇਹ ਹੈ ਕਿ ਆਪਾਂ ਰੁੱਖ ਜਿਹੜੇ ਉਹ ਕੱਟ ਰਹੇ ਹਾਂ, ਇਹਨੂੰ ਆਪਾਂ ਇੰਗਲਿਸ਼ 'ਚ ਡੀਫੋਰੈਸਟ੍ਰੇਸ਼ਨ ਕਹਿੰਦੇ ਹਾਂ। ਠੀਕ ਹੈ ਜੀ, ਜਿਵੇਂ ਖਾਲਸਾ ਸੇਵਾ ਸੁਸਾਇਟੀ ਨੇ ਬਹੁਤ ਹੀ ਵਧੀਆ ਜਿਹੜਾ ਕਦਮ ਚੁੱਕਿਆ, ਅਤੇ ਮੈਂ ਚਾਹੁੰਦੀ ਹਾਂ ਕਿ ਜੇ ਆਪਾਂ ਵੱਧ ਤੋਂ ਵੱਧ ਦਰਖਤ ਲਗਾਵਾਂਗੇ ਤਾਂ ਹੀ ਆਪਣਾ ਵਾਤਾਵਰਨ ਬਚ ਸਕੇਗਾ, ਨਹੀਂ ਤਾਂ ਇੱਥੇ ਪੰਜਾਬ ਦੀ ਧਰਤੀ ਜੋ ਕਿ ਬਹੁਤ ਹੀ ਹਰੀ ਭਰੀ ਮੰਨੀ ਜਾਂਦੀ ਸੀ, ਉੱਥੇ ਰਹਿਣਾ ਮੁਸ਼ਕਿਲ ਹੋ ਜਾਏਗਾ ਜੇ ਆਪਾਂ ਦਰਖਤ ਨਹੀਂ ਉਗਾਵਾਂਗੇ। ਤੁਹਾਨੂੰ ਆਮ ਤੌਰ 'ਤੇ ਲੰਬੀਆਂ ਲੰਬੀਆਂ ਲਾਈਨਾਂ ਜਿਹੜੀਆਂ ਦੇਖੀਆਂ ਜਾਂਦੀਆਂ, ਕਿਤੇ ਪੂਰੀਆਂ ਛੋਲਿਆਂ ਦਾ ਲੰਗਰ ਹੁੰਦਾ, ਕਿਤੇ ਕੜਾਹ ਪ੍ਰਸ਼ਾਦ ਦਾ ਲੰਗਰ ਹੁੰਦਾ, ਲੇਕਿਨ ਇਹ ਬੂਟਿਆਂ ਦੇ ਲੰਗਰ ਦੇ ਵਿੱਚ ਪਹਿਲੀ ਵਾਰ ਦੇਖੀਆਂ ਲੰਬੀਆਂ ਕਤਾਰਾਂ? ਹਾਂਜੀ, ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਅੱਜ ਕੱਲ੍ਹ ਦੇ ਮੌਸਮ ਨੂੰ ਦੇਖਦੇ ਹੋਏ ਲੋਕ ਬਹੁਤ ਹੀ ਜ਼ਿਆਦਾ ਅਵੇਅਰ ਹੋ ਰਹੇ ਆ, ਅਤੇ ਉਹ ਚਾਹੁੰਦੇ ਹੈ ਕਿ ਉਹ ਵੱਧ ਤੋਂ ਵੱਧ ਰੁੱਖ ਲਗਾਉਣ। ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਵੱਧ ਤੋਂ ਵੱਧ ਲੋਕ ਹੈ ਉਹ ਰੁੱਖ ਲਗਾਉਂਦੇ ਆ, ਅਤੇ ਉਹਦੇ ਨਾਲ 10 ਫੋਟੋਆਂ ਖਿੱਚ ਕੇ ਸੋਸ਼ਲ ਮੀਡੀਆ 'ਤੇ ਪਾਉਂਦੇ ਆ। ਬਟ ਇੱਥੇ ਜਦੋਂ ਮੈਂ ਆ ਕੇ ਦੇਖਿਆ ਤਾਂ ਇੱਥੇ ਜੋ ਸਾਰਾ ਕੁਝ ਰਿਐਲਿਟੀ ਹੈ, ਇੱਥੇ ਜ਼ਿਆਦਾ ਕੁਝ ਵੀ ਸ਼ੋਅ ਆਫ ਨਹੀਂ ਕੀਤਾ ਜਾਂਦਾ, ਜੋ ਕਿ ਆਈ ਲਾਈਕ ਇਟ ਦ ਮੋਸਟ। ਤੁਸੀਂ ਕਿਹੜੇ ਕਿਹੜੇ ਪੌਦੇ ਲੈ ਕੇ ਜਾ ਰਹੇ ਹੋ, ਕਿੱਥੇ ਲਗਾਓਗੇ?
ਮੈਂ ਤਾਂ ਇੱਕ ਸਪੈਸ਼ਲ ਮੇਰਾ ਗਾਰਡਨ ਡਿਜ਼ਾਇਨ ਕੀਤਾ ਹੋਇਆ ਮੇਰੇ ਘਰ ਹੀ, ਐਂਡ ਮੈਂ ਡਿਫਰੈਂਟ ਤਰ੍ਹਾਂ ਦੇ ਜਿਵੇਂ ਲੈ ਕੇ ਚੱਲੀ ਹਾਂ, ਜਿਵੇਂ ਕਿ ਅੰਬ ਦਾ ਹੋ ਗਿਆ, ਹੈ ਨਾ, ਡਿਫਰੈਂਟ ਫੁੱਲਾਂ ਦੀ ਕੈਟੇਗਰੀ ਮੈਂ ਲੈ ਕੇ ਚੱਲੀ ਹਾਂ, ਹਾਂਜੀ, ਅਤੇ ਮੈਂ ਬਹੁਤ ਸਾਰੇ ਈਵਨ ਡੋਨੇਟ ਵੀ ਕੀਤੇ ਆ, ਅਤੇ ਮੈਂ ਉਹਨੂੰ ਜ਼ਰੂਰ ਲਗਾਉਂਗੀ। ਜਿਸ ਤਰ੍ਹਾਂ ਇਹਨਾਂ ਨੇ ਕਿਹਾ ਕਿ ਆਪਣੀ ਸੈਲਫੀ ਪੌਦਾ ਲਗਾਉਂਦੇ ਦੀ ਖਿੱਚੋ ਅਤੇ ਸਾਨੂੰ ਪਾਓ, ਇਨਾਮ ਵੀ ਦਿੱਤਾ ਜਾਵੇਗਾ, ਮੋਟੀਵੇਸ਼ਨ ਕਿਹਾ ਜਾ ਸਕਦਾ ਹੈ ਕਿ ਲੋਕਾਂ ਨੂੰ? ਹਾਂਜੀ ਬਿਲਕੁਲ, ਇਹ ਇੱਕ ਤਰ੍ਹਾਂ ਦੀ ਮੋਟੀਵੇਸ਼ਨ ਹੀ ਹੈ, ਕਿਉਂਕਿ ਜੇ ਆਪਾਂ ਲੋਕਾਂ ਨੂੰ ਇੱਕ ਤਰ੍ਹਾਂ ਦਾ ਲਾਲਚ ਦੇਵਾਂਗੇ ਤਾਂ ਉਹ ਜ਼ਰੂਰ ਪੌਦੇ ਲਾਉਣਗੇ, ਅਤੇ ਇਸ ਤਰ੍ਹਾਂ ਕੀ ਹੈ ਵੀ ਆਪਣੇ ਜਿਹੜੀ ਵੱਧ ਤੋਂ ਵੱਧ ਪੌਦੇ ਲੱਗਣਗੇ ਤਾਂ ਆਪਣਾ ਜਿਹੜਾ ਪੰਜਾਬ ਹੈ ਉਹ ਹਰਿਆ ਭਰਿਆ ਹੋਊਗਾ। ਬਿਲਕੁਲ, ਵੱਧ ਤੋਂ ਵੱਧ ਪੌਦੇ ਲੱਗਣਗੇ, ਪੰਜਾਬ ਹਰਿਆ ਭਰਿਆ ਹੋਏਗਾ। ਹੋਰ ਲੀਡਰ ਨੇ ਉਹਨਾਂ ਨਾਲ ਗੱਲ ਕਰ ਲੈਂਦੇ ਹਾਂ, ਬੱਚੇ ਤੁਸੀਂ ਵੀ ਪੌਦਾ ਲੈਣ ਆਏ ਹੋ, ਕੀ ਕਹੋਗੇ, ਇਸ ਤਰ੍ਹਾਂ ਦੇ ਲੰਗਰ ਜਿਹੜੇ ਲੱਗਣੇ ਚਾਹੀਦੇ ਤਾਂ ਕਿ ਸਾਡਾ ਵਾਤਾਵਰਨ ਹੈ ਜਿਹੜਾ ਉਹ ਸੁਰੱਖਿਅਤ ਰਹੇ? ਹਾਂਜੀ, ਮੈਂ ਇਹ ਕਹੂੰਗੀ ਸਾਨੂੰ ਵੱਧ ਤੋਂ ਵੱਧ ਲਾਉਣੇ ਚਾਹੀਦੇ ਹੈ, ਕਿਉਂਕਿ ਦੇਖੋ ਕਿੰਨੀ ਗਰਮੀ ਹੈ, ਲੋਕਾਂ ਦੇ ਪਸੀਨੇ ਆਉਂਦੇ ਨੇ, ਇਹ ਪਸੀਨਾ ਆਉਂਦਾ ਹੈ ਸਾਨੂੰ ਇਸ ਗਰਮੀ ਕਰਕੇ, ਇਸ ਗਰਮੀ ਤੋਂ ਰਾਹਤ ਪਾ ਸਕਦੇ ਅਗਰ ਅਸੀਂ ਬੂਟੇ ਲਗਾਵਾਂਗੇ। ਸਾਨੂੰ ਵੱਧ ਤੋਂ ਵੱਧ ਪੌਦੇ ਲਗਾਉਣੇ ਚਾਹੀਦੇ ਕਿ ਵੱਧ ਤੋਂ ਵੱਧ ਮੀਂਹ ਆਵੇ ਅਤੇ ਸਾਡਾ ਵਾਤਾਵਰਨ ਗਰਮੀ ਤੋਂ ਵੀ ਬਚੇ। ਕੀ ਕਹੋਗੇ ਤੁਸੀਂ, ਕਿਹੜਾ ਪੌਦਾ ਲੈ? ਇਹ ਲੈਮਨ ਗ੍ਰਾਸ ਹੈ ਜਿਹੜਾ ਬੂਟਾ ਮੈਂ ਆਪਣੇ ਘਰ ਲਾਉਂਗੀ, ਮੇਰੇ ਘਰ ਵਿੱਚ ਨਹੀਂ ਸੀ ਤਾਂ ਕਰਕੇ ਲੈ ਕੇ ਜਾਊਂਗੀ, ਅਤੇ ਮੈਂ ਆਪਣੇ ਘਰ ਵਿੱਚ ਵੀ ਬਹੁਤ ਬੂਟੇ ਲਗਾਏ ਨੇ, ਇਸ ਕਰਕੇ ਸਾਡਾ ਵਾਤਾਵਰਨ ਬਚ ਸਕੇ। ਬਿਲਕੁਲ, ਸਾਡਾ ਵਾਤਾਵਰਨ ਬਚ ਸਕੇ ਇਸ ਕਰਕੇ ਜਿਹੜੇ ਲੋਕ ਇੱਥੇ ਠੰਡੀ ਛਾਂ ਦੇ ਲੰਗਰ ਦੇ ਵਿੱਚ ਪਹੁੰਚੇ, ਔਰ ਲੰਬੀਆਂ ਲੰਬੀਆਂ ਕਤਾਰਾਂ ਤੁਸੀਂ ਦੇਖ ਸਕਦੇ ਹੋ ਕਿ ਲੋਕ ਇੱਥੇ ਬੂਟੇ ਲਾਉਣ ਪਹੁੰਚੇ ਨੇ, ਔਰ ਖਾਲਸਾ ਸੇਵਾ ਸੁਸਾਇਟੀ ਵੱਲੋਂ ਇਹ ਬੂਟੇ ਲੋਕਾਂ ਨੂੰ ਫ੍ਰੀ 'ਚ ਵੰਡੇ ਜਾ ਰਹੇ ਨੇ, ਹੋਰ ਲੋਕ ਨੇ ਉਹਨਾਂ ਨਾਲ ਗੱਲ ਕਰਨੇ। ਬ੍ਰਦਰ, ਤੁਸੀਂ ਵੀ ਲਾਈਨ ਦੇ ਵਿੱਚ ਲੱਗੇ ਹੋ ਬੂਟੇ ਲੈਣ ਆਇਓ, ਕੀ ਕਹੋਗੇ? ਇਹ ਸਰਕਾਰ ਦਾ ਮਤਲਬ ਲੋਕਾਂ ਦਾ ਬਹੁਤ ਵਧੀਆ ਇਹ ਕੰਮ ਹੈ ਬੂਟਿਆਂ ਵਾਸਤੇ, ਕਿਉਂਕਿ ਅੱਜ ਕੱਲ੍ਹ ਗਰਮੀ ਬਹੁਤ ਜ਼ਿਆਦਾ ਵੱਧ ਰਹੀ ਹੈ, ਸ਼ਾਇਦ ਇਸ ਤਰੀਕੇ ਨਾਲ ਅਸੀਂ ਟੈਂਪਰੇਚਰ ਘੱਟ ਕਰ ਸਕਦੇ ਹਾਂ। ਇਹ ਸਾਰੇ ਵਾਤਾਵਰਨ ਪ੍ਰੇਮੀ ਹੈ, ਕਿਉਂਕਿ ਆਮ ਤੌਰ 'ਤੇ ਲੰਬੀਆਂ ਲੰਬੀਆਂ ਕਤਾਰਾਂ ਦੇਖੀਆਂ ਕਿ ਲੰਗਰਾਂ ਦੇ ਵਿੱਚ ਹੁੰਦੀਆਂ, ਕਿਤੇ ਪੂਰੀਆਂ ਛੋਲਿਆਂ ਦਾ, ਕਿਤੇ ਰੋਟੀ ਦਾ ਲੰਗਰ ਹੋਵੇ ਉੱਥੇ ਹੁੰਦੀਆਂ। ਹਾਂਜੀ, ਵਾਤਾਵਰਨ ਪ੍ਰੇਮੀ ਹੀ ਕਹਾਂਗੇ ਜੀ ਇਹਨਾਂ ਸਾਰੇ ਲੋਕਾਂ ਨੂੰ ਜੀ, ਔਰ ਸਾਰੇ ਪੰਜਾਬ ਨੂੰ ਬਚਾਉਣਾ ਚਾਹੁੰਦੇ। ਬਿਲਕੁਲ, ਇਹ ਉਹ ਲੋਕ ਨੇ ਜਿਹੜੇ ਪੰਜਾਬ ਨੂੰ ਬਚਾਉਣਾ ਚਾਹੁੰਦੇ ਨੇ, ਕਿਉਂਕਿ ਇਹ ਸਾਰੇ ਵਾਤਾਵਰਨ ਪ੍ਰੇਮੀ ਨੇ। ਤੁਸੀਂ ਦੇਖ ਸਕਦੇ ਹੋ ਤਸਵੀਰਾਂ ਕਿ ਕਿਸ ਤਰ੍ਹਾਂ ਲੋਕਾਂ ਨੂੰ ਲੰਬੀਆਂ ਲੰਬੀਆਂ ਕਤਾਰਾਂ ਦੇ ਵਿੱਚ ਬੂਟੇ ਵੰਡੇ ਜਾ ਰਹੇ ਨੇ। ਖਾਲਸਾ ਸੇਵਾ ਸੁਸਾਇਟੀ ਦੇ ਲੋਕਾਂ ਨਾਲ ਵੀ ਗੱਲ ਕਰਾਂਗੇ ਕਿ ਕਿਹੜੇ ਕਿਹੜੇ ਬੂਟੇ ਵੰਡੇ ਜਾ ਰਹੇ ਨੇ ਔਰ ਕਿੰਨੀ ਦੇਰ ਤੋਂ ਇਸ ਤਰ੍ਹਾਂ ਦਾ ਲੰਗਰ ਲਾ ਰਹੇ ਨੇ। ਵੀਰ ਜੀ, ਤੁਹਾਡੇ ਨਾਲ ਗੱਲ ਕਰਾਂਗੇ, ਖਾਲਸਾ ਸੇਵਾ ਸੁਸਾਇਟੀ ਵੱਲੋਂ ਲੰਗਰ ਲਗਾਇਆ ਗਿਆ, ਕੀ ਕਹੋਗੇ ਕਿ ਕਿਹੜੇ ਕਿਹੜੇ ਬੂਟੇ ਦਿੱਤੇ ਜਾ ਰਹੇ ਆ, ਔਰ ਕਿਸ ਤਰ੍ਹਾਂ ਦੀ ਇੱਕ ਸਕੀਮ ਕੱਢੀ ਹੈ ਤੁਸੀਂ ਕਿ ਪੌਦਾ ਲਗਾਓ, ਸੈਲਫੀ ਪਾਓ, ਅਸੀਂ ਉਹਨੂੰ ਇਨਾਮ ਵੀ ਦੇਵਾਂਗੇ? ਇੱਥੇ ਜੀ ਹਰ ਪ੍ਰਕਾਰ ਦੇ ਜਿਹੜੇ ਬੂਟੇ ਦਿੱਤੇ ਜਾ ਰਹੇ ਜੀ, ਜਿਹੜੇ ਰੁੱਖਾਂ ਦੇ ਹੋ ਗਏ, ਛਾਂਦਾਰ ਹੋ ਗਏ ਜੀ, ਫਲਾਂ ਵਾਲੇ ਹੋ ਗਏ, ਨਿੰਮ, ਔਲਾ, ਔਲਾ ਕੈਣ ਹੋ ਗਈ ਜੀ, ਆਪਣੇ ਜਾਮਣ ਹੋ ਗਏ, ਅੰਬ ਦਾ ਵੀ, ਅੰਗੂਰਾਂ ਦਾ ਬੂਟੇ ਸਾਰੇ ਦਿੱਤੇ ਗਏ ਨੇ ਜੀ। ਇਹਦੇ ਵਿੱਚ ਅਸੀਂ ਸਕੀਮ ਕੱਢੀ ਹੈ, ਜਿਹੜਾ ਬੰਦਾ ਬੂਟਾ ਲਾਊਗਾ ਸਾਡਾ ਸਕੈਨ ਕੋਡ ਕਰੂਗਾ, ਉਹਨੂੰ ਮਿੱਥੇ ਸਮੇਂ ਨਾਲ ਉਹ ਲੱਕੀ ਡਰਾਅ ਦੇ ਨਾਲ ਉਹਨੂੰ ਇਨਾਮ ਦਿੱਤਾ ਜਾਵੇਗਾ ਵੱਖ ਵੱਖ ਪ੍ਰਕਾਰ ਦੇ। ਇਸ ਤਰ੍ਹਾਂ ਦੇ ਇਨਾਮ ਦਿੱਤੇ ਜਾਣਗੇ? ਥਰਮਸ ਹੈ ਜੀ, ਕੁਝ ਹੋਰ ਪ੍ਰਕਾਰ ਦੇ ਵਿੱਚ ਹੈਗੇ ਜੀ ਇਨਾਮ ਜੀ, ਲੋੜ ਅਨੁਸਾਰ ਵਧਾ ਵੀ ਸਕਦੇ ਹਾਂ ਜੀ। ਇਹ ਕਿੰਨੀ ਦੇਰ ਤੋਂ ਲੰਗਰ ਲਾ ਰਹੇ ਹੋ ਕਿ ਪਹਿਲੀ ਵਾਰ? ਸਾਡਾ 8ਵਾਂ ਜੀ ਕੈਵਾਂ ਲੰਗਰ। ਹਾਂਜੀ, 8ਵਾਂ ਲੰਗਰ ਹੈ ਜੀ। ਇਹ ਸਾਰੇ ਵਾਤਾਵਰਨ ਪ੍ਰੇਮੀ ਹੈ ਜਿਹੜੇ ਵਾਤਾਵਰਨ ਨਾਲ ਪਿਆਰ ਕਰਦੇ ਨੇ, ਉਹ ਰੁੱਖ ਲੈ ਕੇ ਜਾਂਦੇ? ਹਾਂਜੀ, ਸਾਰੇ ਵਾਤਾਵਰਨ ਪ੍ਰੇਮੀ ਹੈ ਜੀ, ਸਾਰੀ ਸਾਡੀ ਸੰਗਤ, ਸਾਰੇ ਵਾਤਾਵਰਨ ਪ੍ਰੇਮੀ। ਅਸੀਂ ਇਸੇ ਲਈ ਹੀ ਸੈਲਫੀ ਵਾਲਾ ਸਿਸਟਮ ਚਲਾਇਆ ਗਿਆ, ਅਗਲਾ ਘਰੇ ਜਾਏਗਾ ਲਾਵੇ, ਸਾਨੂੰ ਪਤਾ ਲੱਗੇ ਜੀ ਕਿੰਨੇ ਬੱਚੇ ਲੋਕ ਪਿਆਰ ਕਰਦੇ, ਕਿੰਨੇ ਬੱਚੇ ਨੂੰ ਪਾਲਦੇ ਪਏ ਲੋਕ ਕੁਦਰਤ ਨੂੰ। ਬਿਲਕੁਲ, ਇਹ ਧਿਆਨ ਵੀ ਰੱਖਿਆ ਜਾਂਦਾ ਇਸੇ ਕਰਕੇ ਕਿ ਜਿਹੜੇ ਲੋਕ ਇੱਥੋਂ ਪੌਦਾ ਲੈ ਕੇ ਜਾਂਦੇ ਨੇ, ਇੱਥੋਂ ਦਰਖਤ ਲੈ ਕੇ ਜਾਂਦੇ ਨੇ, ਪੇੜ ਲੈ ਕੇ ਜਾਂਦੇ ਨੇ, ਉਹ ਕਿੰਨਾ ਕੁ ਉਹਦਾ ਪਾਲਣ ਪੋਸ਼ਣ ਕਰਦੇ ਨੇ, ਔਰ ਉਸਦੀ ਸੈਲਫੀ ਖਿੱਚ ਕੇ ਜਦੋਂ ਇਹਨਾਂ ਨੂੰ ਪਾਉਂਦੇ ਨੇ ਤਾਂ ਇਹ ਇੱਕ ਲੱਕੀ ਡਰਾ ਵੀ ਕਰਦੇ ਨੇ, ਉਹਦੇ ਲੱਕੀ ਡਰਾ ਦੇ ਜ਼ਰੀਏ ਲੋਕਾਂ ਨੂੰ ਜਿਹੜਾ ਇਨਾਮ ਵੀ ਦਿੱਤੇ ਜਾਂਦੇ ਨੇ। ਤੁਸੀਂ ਦੇਖ ਸਕਦੇ ਹੋ ਕਿ ਇਸ ਤੋਂ ਇਲਾਵਾ ਵੀ ਜਿਹੜੇ ਹੈ ਇੱਥੇ ਪੰਛੀਆਂ ਲਈ ਘੌਂਸਲੇ ਵੀ ਰੱਖੇ ਹੋਏ ਆ, ਕਿਉਂਕਿ ਇਹ ਜਿਹੜੇ ਘੌਂਸਲੇ ਬਣਾਏ ਗਏ ਆ ਮਿੱਟੀ ਦੇ ਬਣਾਏ ਗਏ ਆ, ਔਰ ਇਹਨਾਂ ਨੂੰ ਉਸ ਜਗ੍ਹਾ 'ਤੇ ਲਗਾਇਆ ਜਾਂਦਾ ਜਿੱਥੇ ਲੋਕਾਂ ਨੂੰ
ਲੋੜ ਹੁੰਦੀ ਹੈ, ਜਿੱਥੇ ਪੰਛੀਆਂ ਨੂੰ ਲੋੜ ਹੁੰਦੀ ਹੈ ਕਿ ਇੱਥੇ ਉਹਨਾਂ ਦਾ ਘਰ ਹੋਵੇ, ਕਿਉਂਕਿ ਅੱਜ ਦੀ ਡੇਟ ਦੇ ਵਿੱਚ ਅਗਰ ਹੁਣ ਦੀ ਗੱਲ ਕੀਤੀ ਜਾਵੇ ਤਾਂ ਦਰਖਤ ਬਹੁਤ ਘੱਟ ਗਏ ਨੇ ਔਰ ਪੰਛੀਆਂ ਨੂੰ ਵੀ ਬਹੁਤ ਦਿੱਕਤ ਆਉਂਦੀ ਹੈ ਕਿਤੇ ਆਪਣਾ ਘੌਂਸਲਾ ਬਣਾਉਣਾ, ਘਰ ਬਣਾਉਣਾ। ਇਹ ਘੌਂਸਲੇ ਜਿਹੜੇ ਆ ਕਈ ਜਗ੍ਹਾ 'ਤੇ ਲਗਾਏ ਜਾਂਦੇ ਆ ਤਾਂ ਕਿ ਪੰਛੀਆਂ ਨੂੰ ਵੀ ਕੋਈ ਦਿੱਕਤ ਨਾ ਆਵੇ, ਹਰ ਤਰ੍ਹਾਂ ਦੇ ਵਾਤਾਵਰਨ ਦਾ ਧਿਆਨ ਰੱਖਿਆ ਜਾਂਦਾ ਤਾਂ ਕਿ ਸਾਡਾ ਪੰਜਾਬ ਖੁਸ਼ਹਾਲ ਹੋ ਸਕੇ, ਸਾਡਾ ਪੰਜਾਬ ਬਚ ਸਕੇ। ਇਸ ਤਰ੍ਹਾਂ ਦੇ ਉਪਰਾਲੇ ਲਗਾਤਾਰ ਹੋਣੇ ਜ਼ਰੂਰੀ ਹੈ, ਕਿਉਂਕਿ ਜਿਸ ਤਰ੍ਹਾਂ ਹੀਟ ਵੇਵ ਵੱਧ ਰਹੀ ਹੈ, ਜਿਸ ਤਰ੍ਹਾਂ ਗਲੋਬਲ ਵਾਰਮਿੰਗ ਵੱਧ ਰਹੀ ਹੈ, ਉਸ ਤੋਂ ਬਚਾਉਣ ਲਈ ਸਾਡੇ ਪੰਜਾਬ ਦੇ ਲੋਕਾਂ ਨੂੰ ਇਸ ਤਰ੍ਹਾਂ ਦੇ ਪ੍ਰਯਾਸ ਕਰਨੇ ਚਾਹੀਦੇ ਹੈ। ਬੂਟੇ ਅਸੀਂ ਵੰਡ ਰਹੇ ਹਾਂ ਜਿਸ ਵਿੱਚ ਫਲਦਾਰ ਬੂਟੇ ਵੀ ਹਨ। ਸੰਗਤ ਨੂੰ ਅਸੀਂ ਇਹੀ ਬੇਨਤੀ ਕਰਦੇ ਹਾਂ ਜਿੱਥੇ ਉਹ ਬੂਟੇ ਲੈ ਕੇ ਜਾ ਰਹੇ ਆ ਇਹਨਾਂ ਨੂੰ ਪਾਲੋ ਅਤੇ ਪਾਲ ਕੇ ਸਾਨੂੰ ਫੋਟੋ ਭੇਜੋ। ਨਾਲ ਅਸੀਂ ਇਹ ਵੀ ਰੱਖਿਆ ਹੈ ਕਿ ਜਿਹੜਾ ਹੀ ਬੰਦਾ ਪਾਲ ਕੇ ਸਾਨੂੰ ਬੂਟੇ ਦੀ ਫੋਟੋ ਭੇਜੇਗਾ ਉਹਨਾਂ ਨੂੰ ਅਸੀਂ ਸਨਮਾਨਿਤ ਵੀ ਕਰਾਂਗੇ। ਇਹ ਬੂਟੇ ਫ੍ਰੀ ਦਿੱਤੇ ਜਾ ਰਹੇ? ਬਿਲਕੁਲ ਹਾਂਜੀ, ਇਹ ਬੂਟੇ ਬਿਲਕੁਲ ਫ੍ਰੀ ਦਿੱਤੇ ਜਾ ਰਹੇ। ਕਿੰਨੀਆਂ ਕਿਸਮਾਂ ਦੇ ਬੂਟੇ ਦਿੱਤੇ ਜਾ ਰਹੇ? ਇੱਕ 25 ਦੇ ਕਰੀਬ ਕਿਸਮਾਂ ਹੈਗੀਆਂ ਜੋ ਵੱਖ ਵੱਖ ਕਿਸਮਾਂ ਦੇ ਬੂਟੇ ਦਿੱਤੇ ਜਾ ਰਹੇ ਹੈ ਜੀ। ਬਹੁਤ ਵਧੀਆ ਉਪਰਾਲਾ ਵਾਤਾਵਰਨ ਨੂੰ ਬਚਾਉਣ ਲਈ। ਤੁਸੀਂ ਲੋਕਾਂ ਨੂੰ ਕੀ ਅਪੀਲ ਕਰੋਗੇ ਕਿ ਇਸ ਤਰ੍ਹਾਂ ਦੇ ਉਪਰਾਲੇ ਹੋਣੇ ਚਾਹੀਦੇ? ਅਸੀਂ ਅਪੀਲ ਕਰਨਾ ਚਾਹੁੰਦੇ ਹਾਂ ਕਿ ਬੇਨਤੀ ਹੈ ਸਾਡੀ ਕਿ ਸਾਨੂੰ ਸਾਰਿਆਂ ਨੂੰ ਮਿਲ ਕੇ ਅਜਿਹਾ ਹੰਭਲਾ ਮਾਰਨ ਦੀ ਲੋੜ ਹੈ ਜਿੱਥੇ ਅੱਜ ਇੰਨੀ ਗਰਮੀ ਵੱਧ ਰਹੀ ਹੈ, ਵੱਧ ਤੋਂ ਵੱਧ ਰੁੱਖ ਲਗਾਈਏ ਤਾਂ ਕਿ ਕੁਛ ਨਾ ਕੁਛ ਟੈਂਪਰੇਚਰ ਵਿੱਚ ਕਮੀ ਆ ਸਕੇ ਜੀ। ਕਿੰਨੇ ਕੁ ਬੂਟੇ ਜਿਹੜੇ ਅੱਜ ਤੱਕ ਤੁਸੀਂ ਲੋਕਾਂ ਨੂੰ ਵੰਡ ਚੁੱਕੇ? ਅੱਜ ਅਸੀਂ 5000 ਦੇ ਕਰੀਬ ਬੂਟਾ ਵੰਡ ਰਹੇ ਹਾਂ। ਪਿਛਲੇ ਸਾਲਾਂ ਵਿੱਚ ਵੀ ਅਸੀਂ ਕਾਫੀ ਵੱਡੀ ਗਿਣਤੀ ਵਿੱਚ ਬੂਟੇ ਵੰਡੇ ਆ ਜੀ। ਬਿਲਕੁਲ 5000 ਤੋਂ ਉੱਪਰ ਬੂਟਾ ਵੰਡ ਚੁੱਕੇ ਨੇ ਮੇਅਰ ਸਾਹਿਬ ਨੇ। ਮੇਅਰ ਸਾਹਿਬ, ਸਰਕਾਰਾਂ ਵੀ ਬਹੁਤ ਪ੍ਰਯਾਸ ਕਰ ਰਹੀਆਂ ਕਿ ਵੱਧ ਤੋਂ ਵੱਧ ਰੁੱਖ ਲਗਾਏ ਜਾਣ, ਔਰ ਖਾਲਸਾ ਸੇਵਾ ਸੁਸਾਇਟੀ ਵੱਲੋਂ ਬਹੁਤ ਵੱਡਾ ਉਪਰਾਲਾ ਕੀਤਾ ਗਿਆ, ਤੁਸੀਂ ਕੀ ਕਹੋਗੇ? ਦੇਖੋ ਜੀ, ਖਾਲਸਾ ਸੇਵਾ ਸੁਸਾਇਟੀ ਵੱਲੋਂ ਹਮੇਸ਼ਾ ਹੀ ਜਿਹੜੇ ਕਿ ਮੋਗੇ ਸ਼ਹਿਰ ਦੇ ਵਿੱਚ ਕਹਿ ਲਓ ਕਿ 1985 ਤੋਂ ਜਿਹੜੀਆਂ ਕਿ ਧਾਰਮਿਕ ਅਤੇ ਸਮਾਜਿਕ ਜੱਥੀਆਂ ਬੰਦੀਆਂ ਦੇ ਵਿੱਚ ਜਿਹੜਾ ਕਿ ਖਾਲਸਾ ਸੇਵਾ ਸੁਸਾਇਟੀ ਦਾ ਦੇਸ਼ਾਂ ਵਿਦੇਸ਼ਾਂ ਦੀ ਧਰਤੀ 'ਤੇ ਵੀ ਜੇ ਵੇਖੀਏ ਤਾਂ ਖਾਲਸਾ ਸੇਵਾ ਸੁਸਾਇਟੀ ਦਾ ਇੱਕ ਨਾਮ ਬੋਲਦਾ। ਜਿੱਥੇ ਕਿ ਗੱਲ ਕਰਦਾ ਮੈਂ, ਕਿਉਂਕਿ ਖਾਲਸਾ ਸੇਵਾ ਸੁਸਾਇਟੀ ਦਾ ਜਿਹੜਾ ਕਿ ਅਸੀਂ ਅੱਜ ਜਿਹੜਾ 8ਵਾਂ ਠੰਡੀ ਛਾਂ ਦਾ ਲੰਗਰ ਲਗਾਇਆ ਹੈਗਾ, ਕਿਉਂਕਿ ਠੰਡੀ ਛਾਂ ਦਾ ਲੰਗਰ ਅਸੀਂ ਇੱਕ ਮੇਨ ਮਕਸਦ ਇਹ ਵੀ ਰੱਖਿਆ ਵਾ, ਹਰੇਕ ਜਿਹੜਾ ਭੈਣ ਭਰਾ ਸਾਡਾ ਬੱਚਾ ਆਉਂਦਾ ਵਾ ਉਹਨੂੰ ਅਸੀਂ 2 ਬੂਟੇ ਹੀ ਦਿੰਦੇ ਹਾਂ। ਉਹ ਕਿਉਂ ਦਿੰਦੇ ਹਾਂ? ਕਿਉਂਕਿ 2 ਬੂਟੇ ਦੇਣ ਦਾ ਸਾਡਾ ਕਾਰਨ ਇਹ ਆ, ਕਿਉਂਕਿ ਵੱਡੀ ਮਾਤਰਾ 'ਚ ਵੀ ਅਸੀਂ ਬੂਟੇ ਦੇ ਸਕਦੇ ਹਾਂ, ਇਹ 'ਚ ਕੋਈ ਸ਼ੰਕਾ ਵਾਲੀ ਗੱਲ ਨਹੀਂ, ਕੋਈ ਦਸਵੰਧ ਦੀ ਕਮੀ ਨਹੀਂ, ਕਿਉਂਕਿ ਖਾਲਸਾ ਸੇਵਾ ਸੁਸਾਇਟੀ ਦਾ ਹਮੇਸ਼ਾ ਹੀ ਵਡਵੱਲਾ ਜਿਹੜਾ ਕਿ ਯੋਗਦਾਨ ਹੁੰਦਾ ਵਾ ਮੋਗੇ ਸ਼ਹਿਰ ਦੀ ਸੰਗਤ ਦੇ ਵਿੱਚ, ਕਿਉਂਕਿ 2 ਬੂਟੇ ਦੇਣ ਦਾ ਕਾਰਨ ਇੱਕੋ ਹੀ ਆ ਵੀ ਜਿਹੜਾ 2 ਬੂਟੇ ਸਾਡਾ ਭੈਣ ਭਰਾ ਲਾਊਗਾ ਕਿ ਉਹਦੀ ਪਰਵਰਿਸ਼ ਵੀ ਵਧੀਆ ਤਰੀਕੇ ਨਾਲ ਕਰੂਗੀ। ਜਿਵੇਂ ਆਪਾਂ ਇੱਕ ਬੱਚੇ ਦੀ ਪਰਵਰਿਸ਼ ਕਰਦੇ ਹਾਂ, 9 ਮਹੀਨੇ ਬੱਚਾ ਜਿਹੜਾ ਕਿ ਮਾਂ ਆਪਣੇ ਪੇਟ ਦੇ ਵਿੱਚ ਇੱਕ ਤਸੀਹੇ ਕਰਕੇ ਇੱਕ ਉਹਦੀ ਵਧੀਆ ਤਰੀਕੇ ਨਾਲ ਜਿਵੇਂ ਪਰਵਰਿਸ਼ ਕਰਦੀ ਆ, ਅਸੀਂ ਚਾਹੁੰਦੇ ਹਾਂ ਵੀ ਜਿਹੜੇ ਅਸੀਂ ਜਿਹੜਾ ਲੋਕਾਂ ਦਾ ਦਸਵੰਧ ਆ, ਲੋਕਾਂ ਦਾ ਦਿੱਤਾ ਹੋਇਆ ਪੈਸਾ ਵੀ ਇਹ ਸਹੀ ਲੈ ਕੇ ਲੱਗੇ, ਇਸੇ ਕਰਕੇ ਅਸੀਂ 2 ਬੂਟੇ ਦਿੰਦੇ ਹਾਂ ਵੀ ਇਹਨਾਂ ਦੀ ਇੱਕ ਬੱਚਿਆਂ ਦੀ ਤਰ੍ਹਾਂ ਹੀ ਪਰਵਰਿਸ਼ ਕੀਤੀ ਜਾਵੇ। ਅਤੇ ਜਿਹੜੇ ਕਿ ਬੱਚਿਆਂ ਦੀ ਜਦੋਂ ਪਰਵਰਿਸ਼ ਕਰਕੇ ਜਦੋਂ ਕਿ ਅੱਜ ਇੱਕ ਛੋਟਾ ਰੁੱਖ ਲਗਾਇਆ, ਜਦੋਂ ਕੱਲ੍ਹ ਨੂੰ ਇਹ ਵੱਡਾ ਬ੍ਰਿਕਸ਼ ਬਣ ਜੂਗਾ, ਕਿਉਂਕਿ ਖਾਲਸਾ ਸੇਵਾ ਸੁਸਾਇਟੀ ਦਾ ਉਪਰਾਲਾ ਤਾਂ ਅਸੀਂ ਨਾਮ ਵੀ ਇਸੇ ਕਰਕੇ ਰੱਖਿਆ ਵੀ ਜਦੋਂ ਇਹਦੀ ਫਲੈਕਸ 'ਤੇ ਜਾਂ ਕੋਈ ਇਹਦੀ ਫੋਟੋ ਸਾਡੇ ਜਿਹੜਾ ਬਾਰਕੋਡ ਦਿੱਤਾ ਉੱਥੇ ਭੇਜੂਗਾ ਅਤੇ ਉਸਨੂੰ ਜਦੋਂ ਇਹ ਬੂਟਾ ਵੱਡਾ ਹੋ ਜੂਗਾ ਅਤੇ ਉਹਨਾਂ ਨੂੰ ਅਸੀਂ ਇਨਾਮ ਵੀ ਜਿਹੜੇ ਕਿ ਖਾਲਸਾ ਸੇਵਾ ਸੁਸਾਇਟੀ ਵੱਲੋਂ ਦਿੱਤੇ ਜਾਣਗੇ। ਇਹ ਮੇਰੇ ਸਾਹਿਬ ਆਮ ਤੌਰ 'ਤੇ ਦੇਖੀਦਾ ਕਿ ਲੰਬੀਆਂ ਲੰਬੀਆਂ ਕਤਾਰਾਂ, ਕਿਤੇ ਪੂਰੀਆਂ ਛੋਲਿਆਂ ਦਾ ਲੰਗਰ ਹੋਵੇ, ਕਿਤੇ ਰੋਟੀ ਦਾ ਲੰਗਰ ਹੋਵੇ, ਛਬੀਲਾਂ ਦਾ ਲੰਗਰ ਹੋਵੇ, ਉੱਥੇ ਨਜ਼ਰ ਆਉਂਦਾ, ਲੇਕਿਨ ਇਸ ਤਰ੍ਹਾਂ ਦੇ ਲੰਗਰ ਪਹਿਲੀ ਵਾਰ ਨਜ਼ਰ ਆਏ? ਦੇਖੋ ਜੀ, ਖਾਲਸਾ ਸੇਵਾ ਸੁਸਾਇਟੀ ਦਾ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ, ਖਾਲਸਾ ਸੇਵਾ ਸੁਸਾਇਟੀ ਦਾ ਇੱਕ ਨਾਂ ਜਿਹੜਾ ਮੋਗੇ ਸ਼ਹਿਰ ਦੇ ਵਿੱਚ ਕੀ ਦੇਸ਼ਾਂ ਵਿਦੇਸ਼ਾਂ ਦੀ ਧਰਤੀ 'ਤੇ ਵੀ ਇਸ ਕਰਕੇ ਬੋਲਦਾ ਜੇ ਉਹਨਾਂ ਦਾ ਦਿੱਤਾ ਹੋਇਆ ਦਸਵੰਧ, ਦਿੱਤਾ ਹੋਇਆ ਪੈਸਾ ਸਹੀ ਲੇਖੇ ਲੱਗਦਾ, ਕਿਉਂਕਿ ਜਿੱਥੇ ਖਾਲਸਾ ਸੇਵਾ ਸੁਸਾਇਟੀ ਨੂੰ ਵੱਖ ਵੱਖ ਸੇਵਾਵਾਂ ਦੇ ਵਿੱਚ ਮੈਂ ਕਹਿੰਦਾ ਜੋੜਾ ਕਰ ਦੀ ਸੇਵਾ ਤੋਂ ਜਿਹੜੀ ਸ਼ੁਰੂ ਕੀਤੀ ਸੀ ਸਾਡੀ ਗੁਰਦੇਵ ਸਿੰਘ ਖਾਲਸਾ ਜੀ ਨੇ, ਅਤੇ ਉੱਥੇ ਸਾਡੀ ਗੁਰੂ ਕੀ ਗੋਲਕ ਅਕਾਲ ਸਰ ਉੱਤੇ ਵੀ ਸਥਾਪਿਤ ਕੀਤੀ ਆ, ਲੋੜਵੰਦਾਂ ਮਰੀਜ਼ਾਂ ਦੇ ਇਲਾਜ ਕੀਤੇ ਜਾਂਦੇ ਆ, ਲੋੜਵੰਦ ਬੱਚਿਆਂ ਨੂੰ ਕਿਤਾਬਾਂ ਦਿੱਤੀਆਂ ਜਾਂਦੀਆਂ, ਲੋੜਵੰਦ ਬੱਚਿਆਂ ਨੂੰ ਕਾਪੀਆਂ ਦਿੱਤੀਆਂ ਜਾਂਦੀਆਂ ਜਾਂ ਉਹਨਾਂ
ਦੀਆਂ ਫੀਸਾਂ ਦਿੱਤੀਆਂ ਜਾਂਦੀਆਂ ਜਾਂ ਹੋਰ ਵੀ ਇਲਾਜ ਕਰਵਾਏ ਜਾਂਦੇ ਆ, ਕਿਉਂਕਿ ਅੱਜ ਜਿਹੜਾ ਇਹ ਠੰਡੀ ਛਾਂ ਦਾ ਲੰਗਰ ਗਾ ਰਿਹਾ ਉਹਨਾਂ ਨੂੰ ਪਤਾ ਵਾ ਇੱਕ ਸਸਾ ਜਿਹੜਾ ਖਾਲਸਾ ਸੇਵਾ ਸਾਡੀ ਦਾ ਲੋਗੋ ਆ, ਜਿਹੜਾ ਇੱਕ ਇਮਾਨਦਾਰੀ ਦਾ ਲੋਗੋ ਆ ਜਿਹੜਾ ਗੂੰਜਦਾ ਵਾ। ਇਸੇ ਕਰਕੇ ਸਾਡਾ ਇੱਕ ਮੈਸੇਜ ਸਾਡਾ ਪਾਇਆ ਸੀ ਅਤੇ ਜਿੰਨੇ ਵੀ ਸਾਡੇ ਭੈਣ ਭਰਾ ਵਾ ਖਾਲਸਾ ਸੇਵਾ ਸੁਸਾਇਟੀ ਦੇ ਮੈਂਬਰ ਸਾਹਿਬਾਂ ਜਾਂ ਮੋਗੇ ਸ਼ਹਿਰ ਦੀ ਸੰਗਤ ਜਿਹੜੇ ਸਾਡੇ ਭੈਣ ਭਰਾ ਸਾਡੇ ਨਾਲ ਜੁੜੇ ਹੋਏ ਆ, ਸਾਡੇ ਗਰੁੱਪ ਦੇ ਨਾਲ ਜੁੜੇ ਹੋਏ ਆ, ਉਹਨਾਂ ਨੂੰ ਪਤਾ ਵਾ ਵੀ ਇੱਕ ਖਾਲਸਾ ਸੇਵਾ ਸੁਸਾਇਟੀ ਵੀ ਕੀ ਕਾਰਜ ਕਰਦੀ ਹੈ। ਇਸੇ ਕਰਕੇ ਤੁਸੀਂ ਵੇਖ ਰਹੇ ਹਾਂ, ਕਿਉਂਕਿ ਜਿਹੜੇ ਕੁਲਚੇ ਪੂਰੀਆਂ ਦੇ ਲੰਗਰ ਤਾਂ ਖਾ ਕੇ ਆਪਣੇ ਨੇ ਹਾਜ਼ਮ ਕਰ ਲੈਣੇ ਆ, ਜਿਹੜਾ ਇੱਕ ਬ੍ਰਿਕਸ਼ ਲਾਊਗਾ। ਜਿਵੇਂ ਅੱਜ ਤੁਸੀਂ ਵੇਖ ਰਹੇ ਹਾਂ ਕਿਤੇ 45 ਡਿਗਰੀ 48 ਡਿਗਰੀ ਅਤੇ ਤਕਰੀਬਨ ਜੇ ਜਿੱਥੋਂ ਤੱਕ ਲੱਗਦਾ ਜੇ ਬ੍ਰਿਕਸ਼ਾਂ ਦੀ ਕਟਾਈ ਇੱਦਾਂ ਹੀ ਹੁੰਦੀ ਰਹੀ ਤਾਂ ਹੋ ਸਕਦਾ 50 ਤੱਕ ਵੀ ਪਹੁੰਚ ਜੇ, ਅਤੇ ਫਿਰ ਮੈਂ ਨਹੀਂ ਸਮਝਦਾ ਵੀ ਜਿਹੜੇ ਆਪਣੇ ਭਰਾ ਭੈਣ ਭਰਾ ਖੜ੍ਹੇ ਆ ਇਹ ਆਕਸੀਜਨ ਸਿਲੰਡਰ ਵਾਲੇ ਨਾਲ ਲੈ ਕੇ ਤੁਰੇ ਫਿਰਨਗੇ। ਜਿੱਥੇ ਕਿ ਅਸੀਂ ਇਹ ਸਾਡਾ ਉਪਰਾਲਾ ਵਾ, ਉੱਥੇ ਖਾਲਸਾ ਸੇਵਾ ਸਾਡੀ ਦੀਆਂ ਜਿਹੜੀਆਂ ਆਕਸੀਜਨ ਦੀਆਂ ਮਸ਼ੀਨ ਜਿਹੜੀਆਂ ਵਾ ਉਹ ਵੀ ਸਮੂਹ ਸੰਘ ਦੇ ਸਹਿਯੋਗ ਦੇ ਨਾਲ ਅਸੀਂ ਜਿਹੜੇ ਲੋੜਵੰਦ ਆ ਪਰਿਵਾਰ ਉਹਨਾਂ ਨੂੰ ਦਿੰਦੇ ਹਾਂ। ਅਸੀਂ ਨਹੀਂ ਚਾਹੁੰਦੇ ਵੀ ਉਹ ਸਿਲੰਡਰਾਂ 'ਤੇ ਜਾਂ ਮਸ਼ੀਨਾਂ 'ਤੇ ਚੱਲਣ, ਉਹ ਇਹੋ ਜਿਹੇ ਬ੍ਰਿਕਸ਼ ਲਾ ਕੇ ਆਕਸੀਜਨ ਲੈਣ, ਅਤੇ ਕਿਉਂਕਿ ਜਦੋਂ ਖੁੱਲ੍ਹਾ ਜੀਵਨ ਜਦੋਂ ਚੰਗੀ ਆਕਸੀਜਨ ਮਿਲੂ, ਚੰਗਾ ਵਾਤਾਵਰਨ ਮਿਲੂਗਾ, ਉਹ ਅਸੀਂ ਸੱਚੇ ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅੱਗੇ ਅਸੀਂ ਅਰਦਾਸ ਕਰਦੇ ਹਾਂ ਵੀ ਸਾਡੇ ਭੈਣ ਭਰਾ ਇਸੇ ਤਰ੍ਹਾਂ ਹੀ ਖੁਸ਼ੀਆਂ ਖੇੜੇ ਮਾਣਦੇ ਨੇ ਅਤੇ ਹੱਸਦੇ ਵੱਸਦੇ ਵੀ ਰਹਿਣ, ਅਤੇ ਇਸੇ ਤਰ੍ਹਾਂ ਹੀ ਜਿਵੇਂ ਤੁਸੀਂ ਵੇਖਦੇ ਨੇ ਅੱਜ ਲਾਈਨਾਂ ਦੇ ਵਿੱਚ ਵੀ ਹੱਸ ਹੱਸ ਕੇ ਬੂਟੇ ਪ੍ਰਾਪਤ ਕਰ ਰਹੇ ਨੇ, ਇਸੇ ਤਰ੍ਹਾਂ ਹੀ ਆਪਣਾ ਜੀਵਨ ਵੀ ਵਧੀਆ ਬਤੀਤ ਕਰ। ਪੰਜਾਬ ਦੇ ਲੋਕਾਂ ਨੂੰ ਕੀ ਅਪੀਲ ਕਰੋ? ਪੰਜਾਬ ਦੇ ਲੋਕਾਂ ਨੂੰ ਤਾਂ ਕਿ ਪੰਜਾਬ ਦੇ ਸਦੇਸ਼ਾਂ ਵਿਦੇਸ਼ਾਂ ਦੀ ਧਰਤੀ 'ਤੇ ਜਿਹੜੇ ਬੈਠੇ ਆ ਸਾਡੇ ਭੈਣ ਭਰਾ, ਉਹਨਾਂ ਨੂੰ ਅਸੀਂ ਅਪੀਲ ਕਰਦੇ ਹਾਂ ਵੀ ਵੱਧ ਤੋਂ ਵੱਧ ਰੁੱਖ ਲਾਓ, ਕਿਉਂਕਿ ਰੁੱਖ ਲਾਵਾਂਗੇ ਤਾਂ ਆਪਣਾ ਜੀਵਨ ਵੀ ਬਹੁਤ ਵਧੀਆ ਬਤੀਤ ਹੋਊਗਾ, ਅਤੇ ਜਿੰਨਾ ਵੀ ਹੋ ਸਕਦਾ ਸਤਿਗੁਰ ਦੀ ਸੇਵਾ ਸਫਲ ਹੈ। ਜੇ ਕਰੇ ਕੋਈ ਕਰੇ ਚਿੱਤ ਲਾਏ, ਜੋ ਸੇਵਾ ਤੁਸੀਂ ਭਾਵਨਾ ਨਾਲ ਕਰੋਗੇ, ਚਾਹੇ ਤੁਸੀਂ ਠੰਡੀ ਛਾਂ ਦਾ ਲੰਗਰ ਲਾ ਲਓ, ਚਾਹੇ ਠੰਡੇ ਮਿੱਠੇ ਛਬੀਲ ਲਾ ਲਓ, ਚਾਹੇ ਕਿਸੇ ਵੀ ਕਾਰਜ ਦੇ ਵਿੱਚ ਤੁਸੀਂ ਸੇਵਾ ਨੂੰ ਸਮਰਪਿਤ ਹੁੰਦੇ ਆ, ਉਹ ਧੰਨ ਸ਼ਾਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਉਹ ਰਾਮ ਰਹੀਮ ਅੱਲਾ ਵਾਹਿਗੁਰੂ। ਨਾਮ ਜ਼ਰੂਰ ਵੱਖਰੋ ਵੱਖਰੇ ਆ, ਪਰ ਜਪਣ ਦਾ ਉਹਨਾਂ ਦਾ ਨਾਂ ਇੱਕੋ ਹੀ ਆ ਅਤੇ ਜੋਤ ਵੀ ਉਹਨਾਂ ਦੀ ਇੱਕੋ ਹੀ ਆ, ਜਪਣ ਦੇ ਤਰੀਕੇ ਜ਼ਰੂਰ ਵੱਖਰੋ ਵੱਖਰੇ ਆ। ਅਸੀਂ ਸੱਚੇ ਪਾਤਸ਼ਾਹ ਅੱਗੇ ਅਰਦਾਸ ਕਰਦੇ ਹਾਂ ਅਸੀਂ, ਅਤੇ ਸਾਡਾ ਜਿਹੜਾ ਪਰਿਵਾਰ ਹੈ ਫੁਲਵਾੜੀ ਮੋਗੇ ਸ਼ਹਿਰ ਦੀ ਇਸੇ ਤਰ੍ਹਾਂ ਹੀ ਮਹਿਕਦੀ ਰਹੇ, ਅਤੇ ਜਿੰਨੇ ਵੀ ਖਾਲਸਾ ਸੇਵਾ ਸੁਸਾਇਟੀ ਦੇ ਮੈਂਬਰ ਸਾਹਿਬਾਨ ਆ ਵੱਧ ਚੜ੍ਹ ਕੇ ਸੇਵਾ ਕਰਨ, ਅਤੇ ਉਹ ਸੱਚੇ ਪਾਤਸ਼ਾਹ ਆਪਣਾ ਮਿਹਰ ਪਰ ਸਿਰ 'ਤੇ ਹੱਥ ਰੱਖ ਕੇ ਇਸੇ ਤਰ੍ਹਾਂ ਹੀ ਸੇਵਾ ਲੈਂਦੇ ਰਹਿਣ।